ਕਰਨਉਂ ਜਰਨੂ ਵੀ ਚੰਦੀ ਲੋੜ ਹੈ ਦਸੋਂ ਮੇ ਲੋ ਪੰਜਾਬ ਦੇ ਲੋਕ ਤੜਕੇ ਉੱਠ ਕੇ ਚਪਚਾ ਸਾਹਿਬ ਦਾ ਪਾਠ ਕਰਦੇ ਇਸ ਪਵਿੱਤਰ ਤੜਤੇ ਤੁਸੀਂ ਕੌਣ ਹੁੰਦੇ ਹੋ ਕਿ ਤੜਕੇ ਉੱਠ ਕੇ ਫ਼ੀਮ ਕੰਨ ਵਾਲੇ ਖਾਵੇ ਤੜਕੇ ਭੀਮ ਕੁੜੇ ਸ੍ਰੀ ਬਰਾੜ ਜੇਲ੍ਹ ਹੋ ਕੇ ਆਏ ਨੇ ਬਹੁਤ ਸਾਰੇ ਜੇਲ੍ਹ ਜਾਣ ਵਾਲੇ ਨੇ ਕਹਿਣ ਦਾ ਪਾਵ ਹੈ ਸਰ ਜੇਕਰ ਤੁਸੀਂ ਇਸ ਪਵਿੱਤਰ ਪੰਜਾਬੀ ਪਾਸੇ ਦੀ ਬੇਇੱਜ਼ਤੀ ਕਰੋਗੇ ਚੇਲ ਜਾਓਗੇ ਪੱਕੀ ਗਾ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ ਇੱਕ ਸਬ ਇੰਸਪੈਕਟਰ ਹਰਜੋਤ ਕੌਰ ਇੱਕ ਅਜੀ ਗਾਣੇ ਤੇ ਅਦਾਕਾਰੀ ਪੇਸ਼ ਕਰਦੇ ਨੇ ਜਿਸ ਗਾਣੇ ਦੀ ਟਾਈਟਲ ਹੀ ਗਲਤ ਹੈ ਅਨਫਕਟਵੇਟੇਬਲ ਪਟਿਆਲਾ ਰੇਂਜ ਵਿਕਰਮ ਸਿੰਘ ਦੁੱਗਲ ਆਈਪੀਐਸ ਨੂੰ ਕੰਪਲੇਨਟ ਦਰਜ ਕਰਕੇ ਮੰਗ ਕੀਤੀ ਹੈ ਕਿ ਹਰਜੋਤ ਕੌਰ ਨੇ ਪਰਮਿਸ਼ਨ ਲਈ ਜਾਂ ਨਹੀਂ ਲਈ ਗਾਣੇ ਗਾਉਣ ਲਈ ਇਹ ਗਾਣਾ ਸੈਂਸਰ ਬੋਰਡ ਤੋਂ ਪਾਸ ਹੋਇਆ ਨਹੀਂ ਹੋਇਆ ਉਹ ਮੈਨੂੰ ਲਿਖਿਤ ਰੂਪ ਵਿੱਚ ਦਿਓ ਅਗਲੀ ਕਾਰਵਾਈ ਮੈਂ ਕੋਰਟ ਦੇ ਵਿੱਚ ਕਰਾਂਗਾ ਬਲਾਇਓ ਅਕਸਰ ਕਹਿੰਦਾ ਵੀ ਮੈਂ ਲੱਚਰਤਾ ਨਹੀਂ ਫਰੋਸ ਰਿਹਾ ਲੋਕਾਂ ਦੇ ਸਾਹਮਣੇ ਮੈਂ ਹਥਿਆਰਾਂ ਦੀ ਗੱਲ ਕਰਦਾ ਹੈਗਾ ਇਹ ਵੀ ਉਹ ਆਪਣੇ ਗਾਣਿਆਂ 'ਚ ਗੱਲ ਕਰਦਾ ਵੀ ਮੈਂ ਲੱਚਰਤਾ ਨੂੰ ਜਿਹੜਾ ਸੀਗਾ ਉਹ ਹਥਿਆਰਾਂ ਦੇ ਵਿੱਚ ਤਬਦੀਲ ਕਰ ਦਿੰਦਾ ਜੀ ਧਰਮਨ ਚੰਗੇ ਗਾਣਾ ਗਾਉਣ ਵਾਲੇ ਕਮਾਲ ਦਾ ਇੱਕ ਆਰਟਿਸਟ ਜੋ ਪ੍ਰਗਟ ਸਿੰਘ ਦੀ ਸ਼ਿਸ਼ੇ ਬਣ ਕੇ ਚੰਗੇ ਗਾਣਾ ਬਣਿਸ਼ਕਾਰੀ ਕਿਤੇ ਨੇ ਪਰ ਉਹ ਉਹ ਸੋਚਿਆ ਹੁਣ ਸ਼ਰਾਬ ਦੀ ਗਾਣਾ ਕੱਢਣ ਵਾਲੇ ਨੇ ਕਰਨ ਉਸ ਨਾਲਾਂ ਮਿਲ ਕੇ ਚਾਰ ਸਾਹਜਾਂ ਦੇ ਬਾਰੇ ਤੁਸੀਂ ਗਾ ਕੇ ਦਿਖਾਓ ਦੁਨੀਆ ਨੂੰ ਸੁਣਾਓ ਕਿਵੇਂ ਨਿੱਕੇ ਨਿੱਕੇ ਉਮਰ ਦੇ ਵਿੱਚ ਆਪਣੇ ਆਪਣੇ ਅਤਿਆ ਕਰਕੇ ਬਲਿਦਾਨ ਕਰਕੇ ਦੰਦੇਸ਼ ਦੁਨੀਆ ਨੂੰ ਦੇ ਦਿੱਤਾ ਕਿ ਰਾਸੀ ਮਰ ਜਾਵਾਂਗੇ ਸ਼ਹੀਦ ਹੋ ਜਾਵਾਂਗੇ ਜ਼ੁਲਮ ਨੂੰ ਨਹੀਂ ਸਹਾਂਗੇ ਮੈਂ ਫਿਲਹਾਲ ਕਿੱਥੇ ਵਸਦਾ ਹਾਂ ਮੈਂ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਿੱਚ ਵਸਦਾ ਹਾਂ ਅੱਜਕਲ ਜੋ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ ਸੀ ਜੇਕਰ ਮੈਂ ਪੰਜਾਬ ਦੇ ਰਾਜਦਾਨੀ ਵਿੱਚ ਵੱਸ ਕੇ ਪੰਜਾਬ ਦੀ ਰੋਟੀ ਰੋਜ਼ ਖਾਤਾਏ ਔਰ ਪੰਜਾਬ ਦੇ ਰਾਜ ਵਿੱਚ ਪਾਣੀ ਰੋਜ਼ ਪਿੰਡਾਏ ਤਾਂ ਪੰਜਾਬ ਦੇ ਹਿੱਤ ਉਸਤ ਕਰਨਾ ਮੇਰਾ ਤਰਮ ਹੈ ਜਿੱਥੇ ਦੀ ਰੋਟੀ ਅਸੀਂ ਰਾਤੀ ਉੱਠਦੀ ਉਸਤ ਕਰੋ ਇਹ ਇਨਸਾਨ ਹੁੰਦੇ ਬਹੁਤ ਲੋਕ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਵੇਖੇ ਹੋਣਗੇ ਪਰ ਕੋਈ ਸੱਜਣ ਕਰਨਾਟਕਾ ਤੋਂ ਆਕੇ ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰੇ ਤਾਂ ਇੱਕ ਵੱਖਰੀ ਚੀਜ਼ ਲੱਗਦੀ ਹੈ। ਪੰਡਤ ਰਾਓ ਜੀ ਸਾਡੇ ਨਾਲ ਮੌਜੂਦ ਨੇ। ਪੰਡਤ ਰਾਓ ਜੀ ਹੁਣਾਂ ਨੂੰ ਤੁਸੀਂ ਦੇਖਿਆ ਹੋਣਾ ਆਮ ਚੰਡੀਗੜ੍ਹ ਦੇ ਚਰਸਤਿਆਂ ਦੇ ਉੱਪਰ ਖੜਕੇ ਪੰਜਾਬੀ ਦਾ ਪ੍ਰਚਾਰ ਕਰਦੇ ਨੇ। ਜਿੱਥੇ ਨਾਲ ਦੀ ਨਾਲ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਨੇ ਉੱਥੇ ਨਾਲ ਦੀ ਨਾਲ ਹੀ ਲੱਚਰ ਗੈਕੀ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਜਾਂ ਗੰਦੇ ਗਾਣਿਆਂ ਦੇ ਉੱਪਰ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੂੰ ਰੋਕਣ ਦੇ ਲਈ ਸਿੱਧੇ ਲਫ਼ਜ਼ਾਂ ਦੇ ਵਿੱਚ ਸਾਹਮਣੇ ਹੋ ਕੇ ਡਟ ਕੇ ਖੜਦੇ ਨੇ ਇੰਨੇ ਦਿਨੀ ਸਿੱਧੂ ਮੂਸੇਵਾਲਾ ਤੇ ਸਬ ਇਨਸਪੈਕਟਰ ਪੰਜਾਬ ਪੁਲਿਸ ਦੀ ਹਰਸ਼ ਜੋਤ ਕੌਰ ਦੇ ਨਾਲ ਸਿੱਧੀ ਟੱਕਰ ਲਈ ਹੈ ਇਹਨਾਂ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਜ਼ ਕਿਵੇਂ ਮਨ ਬਣਿਆ ਅਕਸਰ ਤੁਸੀਂ ਜਿਹੜਾ ਹੈਗਾ ਉਹ ਸਿੱਧੀ ਟੱਕਰ ਲੈਂਦੇ ਰਹਿੰਦੇ ਹੋ ਲੱਚਰ ਗਾਇਕੀ ਦੇ ਬਰਖਲਾਤ ਤੇ ਅੱਜ ਜਿਹੜਾ ਹੈ ਸਿੱਧੂ ਮੂਸੇਵਾਲੇ ਨੂੰ ਸਿੱਧੀ ਜੜੀ ਹੈਗੀ ਆ ਉਹ ਤਾੜਨਾ ਕੀਤੀ ਹੈ ਜਾਂ ਮਾਡਲ ਜਿਹੜੀ ਹੈ ਉਹਦੇ ਗਾਣਿਆਂ ਦੇ ਵਿੱਚ ਹਰਸ਼ ਜੋਤਕੌਰ ਆੜੇ ਹੱਥੀ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਜੀ ਬਿਲਕੁਲ ਦੇਖੋ ਬਾਬਾ ਨਾਨਕ ਦੇ ਰਾਹ 'ਤੇ ਜੇਕਰ ਤੁਸੀਂ ਚੱਲੋਗੇ ਜੀ ਜੇਕਰ ਉਸ ਸਿਧਾਂਤ 'ਤੇ ਤੁਸੀਂ ਚੱਲੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਧਾਂਤ ਨੂੰ ਪੜੋਗੇ ਤੇ ਹਮੇਸ਼ਾ ਤੁਹਾਡੇ ਮਨ ਵਿੱਚ ਜਨ ਵਿੱਚ ਸੱਚਾਈ ਤੇ ਰਾਹ ਤੇ ਚੱਲਣ ਦਾ ਸ਼ਕਤੀ ਮਿਲੇਗੀ ਮੈਂ ਕਰਨਾਟਕ ਤੋਂ ਹਾਂ ਪਰ ਫਿਲਹਾਲ ਮੈਂ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਿੱਚ ਵੱਸਦਾ ਏ ਪੰਜਾਬ ਦੀ ਰੋਟੀ ਖਾਦਾ ਏ ਪੰਜਾਬ ਦੀ ਪਾਣੀ ਪੀਂਦਾ ਏ ਇਸ ਲਈ ਪੰਜਾਬੀ ਪਾਸ਼ਾ ਪੰਜਾਬੀ ਸਭਿਆਚਾਰ ਤੇ ਪੰਜਾਬੀ ਲੋਕਾਂ ਦਾ ਸਨਮਾਨ ਕਰਨਾ ਮੇਰਾ ਫਰਜ਼ ਹੈ ਯਹੀ ਤਰ੍ਹਾਂ ਹੈ ਜੇਕਰ ਪੰਜਾਬੀ ਲੋਕਾਂ ਦੀ ਬੇਕਦਰੀ ਬੇਇਜ਼ਤੀ ਹੁੰਦੀ ਹੈ ਉਸ ਨੂੰ ਰੋਕਣਾ ਬਾਬਾ ਨਾਨਕ ਦੀ ਰਾਹ ਤੇ ਚੱਲਣ ਵਾਲੇ ਹਰੇਕ ਦੀ ਕਮ ਹੈ ਇਸ ਲਈ ਉਹ ਮੈਂ ਕੰਮ ਕਰਦਾ ਏ ਦੇਖੋ ਸਰ ਪੰਜਾਬੀ ਸ਼ਬਿਆਚਾਰ ਪੰਜਾਬੀ ਵਿਰਾਸਤ ਨੂੰ ਨਾ ਸਮਝਦੇ ਹੋਏ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ ਇੱਕ ਸਬ ਇੰਸਪੈਕਟਰ ਹਰਜੋਤ ਕੌਰ ਇੱਕ ਅਜੀ ਗਾਣੇ ਤੇ ਅਦਾਕਾਰੀ ਪੇਸ਼ ਕਰਦੇ ਨੇ ਜਿਸ ਗਾਣੇ ਦੀ ਟਾਈਟਲ ਹੀ ਗਲਤ ਹੈ ਅਨਫਕਵੇਟੇਬਲ ਜੋ ਲਚਰਤਾ ਨੂੰ ਫਿਲਾਉਂਦਾ ਹੈ ਦੂਜੀ ਗੱਲ ਉਸ ਗਾਣੇ ਦੀ ਜਿਹੜੀ ਪਹਿਲੀ ਲਬਜ ਆ ਬੋਲ ਤੁਸੀਂ ਤੁਸੀਂ ਦੇਖੋਗੇ ਸੁਨੇਹਾ ਤੋਡੇ ਕੋਲ 11 ਸੱਤ ਅਸਲੇ ਨੇ ਮੈਨੂੰ ਦੱਸੋ ਸੱਤ ਅਸਲੇ ਰੱਖਣ ਵਾਲੇ ਕੌਣ ਹੁੰਦੇ ਨੇ ਇਹ ਸਾਰੇ ਫੈਕਟਸ ਜਾਣ ਤੋਂ ਬਾਅਦ ਵੀ ਜੇਕਰ ਪੰਜਾਬ ਪੁਲਿਸ ਦੇ ਇੱਕ ਸਬ ਇੰਸਪੈਕਟਰ ਅਧਾਕਾਰੀ ਪੇਸ਼ ਕਰਦੀ ਹੈ ਗਲਤ ਹੈ ਇਸ ਲਈ ਮੈਂ ਪੰਜਾਬ ਪੁਲਿਸ ਦੀ ਸਨਮਾਨ ਕਰੋ ਜੀ ਬੋਰਡ ਬਣਾ ਕੇ ਉੱਤੇ ਗਿਆ ਪਟਿਆਲੇ ਦੇ ਪਟਿਆਲਾ ਰੈਂਚ ਵਿਕਰਮ ਸਿੰਘ ਦੁੱਗਲ ਆਈਪੀਐਸ ਨੂੰ ਕੰਪਲੇਨਟ ਦਰਜ ਕਰਕੇ ਮੰਗ ਕੀਤੀ ਹੈ ਕਿ ਹਰਜੋਤ ਕੌਰ ਨੇ ਇਹ ਪਰਮਿਸ਼ਨ ਲਈ ਹੈ ਨਹੀਂ ਲਈ ਗਾਣਾ ਗਾਉਣ ਲਈ ਤੇ ਇਹ ਗਾਣਾ ਸੈਂਸਰ ਬਰ ਤੋਂ ਪਾਸ ਹੋਇਆ ਨਹੀਂ ਹੋਇਆ ਉਹ ਮੈਨੂੰ ਲਿਖਤ ਰੂਪ ਵਿੱਚ ਦਿਓ ਅਗਲੇਰੀ ਕਾਰਵਾਈ ਮੈਂ ਕੋਰਟ ਦੇ ਵਿੱਚ ਕਰਾਂਗਾ ਜੀ ਮੈਂ ਮੂਸੇ ਵਾਲਾ ਉਹ ਅਕਸਰ ਕਹਿੰਦਾ ਵੀ ਮੈਂ ਲਚਰਤਾ ਨਹੀਂ ਪਰੋਸ ਰਿਹਾ ਲੋਕਾਂ ਦੇ ਸਾਹਮਣੇ ਮੈਂ ਹਥਿਆਰਾਂ ਦੀ ਗੱਲ ਕਰਦਾ ਹੈਗਾ ਇਹ ਵੀ ਉਹ ਆਪਣੇ ਗਾਣਿਆਂ 'ਚ ਗੱਲ ਕਰਦਾ ਵੀ ਮੈਂ ਲਚਰਤਾ ਨੂੰ ਜਿਹੜਾ ਸੀਗਾ ਉਹ ਹਥਿਆਰਾਂ ਦੇ ਵਿੱਚ ਤਬਦੀਲ ਕਰ ਦਿੱਤਾ ਤੁਹਾਨੂੰ ਲੱਗਦਾ ਵੀ ਜਿਹੜੇ ਨੌਜਵਾਨ ਨੇ ਉਹ ਹਥਿਆਰਾਂ ਵਾਲੇ ਗੀਤ ਸੁਣ ਕੇ ਵੀ ਜਿਹੜੇ ਨੇ ਉਹ ਗਲਤ ਰਸਤੇ ਤੇ ਜਾ ਰਹੇ ਨੇ ਸਉ ਪ੍ਰਸਦ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਹਾਰਾਜ ਤੁਸੀਂ 22 ਅ 2019 ਦੀ ਮਾਨਯੋਗ ਪੰਜਾਬ ਹਾਈ ਕੋਰਟ ਦੀ ਹੁਕਮ ਨੂੰ ਪੜ ਕੇ ਦੇਖੋ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਸਾਫ ਲਫ਼ਜ਼ ਵਿੱਚ ਲਿਖਿਆ ਹੈ ਕਿ ਅਜੇ ਗਾਣੇ ਸਾਡੇ ਬੱਚੇ 'ਤੇ ਅਸਰ ਗਲਤ ਅਸਰ ਪੈ ਰਿਹਾ ਜੀ ਇਸ ਲਈ ਗਲਤ ਇਹ ਗਾਣਾ ਬੰਦ ਹੋਣਾ ਚਾਹੀਦਾ ਇਸ ਤੋਂ ਇਲਾਵਾ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਅਜੇ ਗਾਣੇ ਗੈਂਗਸਟਰ ਕਲਚਰ ਨੂੰ ਬੜਾਵਾ ਦਿੰਦਾ ਹੈ ਇਸ ਤੋਂ ਲੋਵ ਮਾਨੂ ਹਾਈ ਕੋਰਟ ਨੇ ਹੁਕੂਮੀ ਦਿੱਤੀ ਹੈ ਕਿ ਇਹ ਜੇ ਗਾਣੇ ਕਿਤੇ ਵੀ ਨਹੀਂ ਚੱਲਣਗੇ ਇਸ ਤੋਂ ਬਾਵਜੂਦ ਜੇਕਰ ਤੁਸੀਂ ਗਾਓਗੇ ਉਹ ਕੋਰਟ ਦੀ ਕੰਟੈਂਪਟ ਹੈ ਪਹਿਲੀ ਗੱਲ ਦੂਜੀ ਗੱਲ ਇਹਖੋ ਕੁਲਵੀਰ ਨਰਾਉਣਾ ਤੁਸੀਂ ਕੁਝ ਦਿਨ ਤੋਂ ਪਹਿਲੇ ਉਹਨਾਂ ਦਾ ਫਾਇਰਿੰਗ ਹੋਇਆ ਮੌਥ ਹੋਇਆ ਜੋ ਗੈਂਗਸਟਰ ਸੀ ਪਹਿਲੇ ਉਹਨਾਂ ਨੇ 15 ਦਿਨ ਤੋਂ ਪਹਿਲਾਂ ਇੰਟਰਵਿਊ ਦੇ ਦੌਰਾਨ ਸਾਫ ਅਬਜਰਵ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਹੁਣ ਗਾਣਾ ਨਹੀਂ ਗਾਣਾ ਚਾਹੀਦਾ ਇੱਕ ਮਰਨ ਵਾਲਾ ਵਿਅਕਤੀ ਕੁਝ ਦਿਨ ਤੋਂ ਪਹਿਲਾਂ ਕਹਿੰਦਾ ਹੈ ਕਿ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਜੇ ਗਾਣਾ ਨਹੀਂ ਗਾਣਾ ਚਾਹੀਦਾ ਕਿਥੇ ਨ ਕਿਥੇ ਸੱਚਾਈ ਹੈ ਇਹ ਸਮਝਣ ਦੀ ਲੋੜ ਹੈ ਹਰੇ ਗਾਇਕ ਨੂੰ ਜਿਵੇਂ ਗੈਂਗਸਟਰ ਦੀ ਤੁਸੀਂ ਗੱਲ ਕਰਦੇ ਹੋ ਵੀ ਗੈਂਗਸਟਰ ਨੂੰ ਜਿਹੜਾ ਹੈਗਾ ਉਹ ਵਡਾਵਾ ਦਿੰਦੀਆਂ ਨੇ ਇਹ ਚੀਜ਼ਾਂ ਤਾਂ ਨੂੰ ਲੱਗਦਾ ਵੀ ਨੌਜਵਾਨ ਨੇ ਜਿਹੜੇ ਉਹਨਾਂ ਨੇ ਗਾਣਿਆਂ ਤੋਂ ਗੀਤਾਂ ਤੋਂ ਸ਼ਬਦਾਵਲੀ ਤੋਂ ਪੰਜਾਬੀ ਤੋਂ ਪੰਜਾਬੀਅਤ ਤੋਂ ਹਨਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਕੁਝ ਨਾ ਕੁਝ ਸਿੱਖਣਾ ਹੁੰਦਾ ਹੈ ਪਰ ਜਦ ਨਿਰਾਪਰਾ ਹਥਿਆਰਾਂ ਦੀ ਗੱਲ ਸਾਹਮਣੇ ਆ ਜਾਂਦੀ ਹੈ ਲੱਚਰ ਗਾਇਕੀ ਦੀ ਸਾਹਮਣੇ ਆ ਜਾਂਦੀ ਹੈ ਤਾਂ ਸਾਡਾ ਪੰਜਾਬ ਜਿਹੜਾ ਹੈਗਾ ਉਹ ਨਿਗਾਰਦੇ ਵੱਲ ਜਾਂਦਾ ਨਹੀਂ ਲੱਗ ਰਿਹਾ ਬਿਲਕੁਲ ਬਿਲਕੁਲ 100% ਦੇਖੋ ਪੰਜਾਬੀ ਸੱਭਿਆਚਾਰ ਇੱਕੋ ਇੱਕ ਪਰਮਾਤਮਾ ਦੇ ਨਾਦ ਵਿੱਚ ਨੱਚਣ ਵਾਲੀ ਸੱਭਿਆਚਾਰ ਹੈ ਇਤਿਹਾਸ ਪੜਕੇ ਦੇਖੋ ਤੁਸੀਂ बारहवीं सदी बाबा फरीद इस पवित्र धरती से एक परमात्मा के नाद में नचे ने पंद्रहवीं सदी बाबा नानक चार उदासी करके चारों दिशा जाके एको एक परमात्मा की उत्सत किए ने पंद्रहवीं सत्तरवीं सदी गुरु गोविंद सिंह जी महाराज सब कुछ वारण तो बावजूद भी एक परमात्मा की उत्सुत करते हैं ਪੜ ਕਿਦੀ ਕੋ ਤੁਸੀਂ ਅਜੀ ਪਵਿੱਤਰ ਤਰਤੀ ਤੇ ਜੇਕਰ ਤੁਸੀਂ ਲੱਛਰ ਸ਼ਰਾਬੀ ਹਤਿਆਰੀ ਗਾਣਾ ਗਾਓਗੇ ਜੱਟ ਉਸ ਪਿੰਡ ਬਿਲੋਂਗ ਕਰਦੇ ਜਿੱਥੇ ਮਾਰ ਕੀ ਕੁਸੂਰ ਪੁੱਛਦਾ ਹੈ ਜੱਟ ਉਸ ਪਿੰਡ ਦੇ ਬਿਲੋਂਗ ਕਰਦੇ ਜਿੱਥੇ ਜੱਟ ਉੱਥੇ ਫਾਇਰ ਕਰਦੇ ਜਿੱਥੇ ਪਾਬੰਦੀ ਹਥਿਆਰ ਦੀ ਕਾਨੂੰਨ ਨੂੰ ਚਿਤਾਉਣੀ ਦੇਣ ਵਾਲੇ ਗਾਣੇ ਗੈਰ ਕਾਨੂੰਨੀ ਗਾਣੇ ਸਾਡੇ ਬੱਚੇ ਨੂੰ ਉਤਸ਼ਾਹਿਤ ਕਰਦੇ ਨੇ ਇਸ ਲਈ ਅਜੇ ਗਾਣੇ ਨਹੀਂ ਹੋਣਾ ਚਾਹੀਦਾ ਤੁਸੀਂ ਗਾਓ ਰਜਰਜੀ ਕੇ ਕੌਣ ਰੋਕ ਰਹਿਨੇ ਤੋ ਤੁਸੀਂ ਗਾਓ ਪੰਜਾਬ ਪੰਜਾਬੀ ਨੂੰ ਉਤਸ਼ਾਹ ਕਰਨ ਵਾਲੇ ਗਾਣਾ ਗਾਓ ਬੰਦਾ ਸਿੰਘ ਬਹਾਦਰ ਦੀ ਵਾਰਾ ਸੁਣਾਓ ਬਾਬਾ ਨਾਨਕ ਦੀ ਬਾਣੀ ਸੁਣਾਓ ਬਟਿੰਡਰ ਦੇ ਵਿੱਚ ਕੈਂਸਰ ਹੋ ਕੇ ਲੋਕ ਮਰ ਰਹੇ ਨੇ ਉਹਨਾਂ ਬਾਰੇ ਗਾਣਾ ਗਾਓ ਕਿਸਾਨ ਲੋਕ ਬਾੜਰ ਤੇ ਬੈਠੇ ਨੇ 7 ਮਹੀਨੇ ਤੋਂ ਉਹਨਾਂ ਬਾਰੇ ਰਜ ਰਜ ਕੇ ਗਾਓ ਪੰਜਾਬੀ ਲੋਕ ਸਨਮਾਨ ਕਰਨਗੇ ਸਲੂਟ ਕਰਨਗੇ ਪਾਉਂਛੋਣਗੇ ਜੇਕਰ ਤੁਸੀਂ ਗੈਰ ਕਾਨੂੰਨੀ ਦਾਅਵੇ ਐਫ ਆਰ ਦਰਜ ਹੋਣਗੇ ਚਾਰ ਹੋਇਆ ਸਿੱਧੂ ਮੂਸੇਵਾਲਾ ਦੇ ਖਿਲਾਫ ਚਾਰ ਐਫ ਆਰ ਹੋਰ ਹੋਣਗੇ ਜ਼ਿੰਦਗੀ ਪਰ ਐਫ ਆਰ ਦੇ ਵਿੱਚ ਜ਼ਿੰਦਗੀ ਚਲੇਗੀ ਬਿਹਤਰੀਨ ਹੋਗੀ ਚੰਗੇ ਗਾਣਾ ਗਾਓ ਤਾਂ ਕਿ ਭਾਰਤ ਸਰਕਾਰ ਤੋਂ ਤੁਹਾਨੂੰ ਪੰਜਾਬੀ ਕਲਾਕਾਰ ਨੂੰ ਮਿਲੇ ਰਾਸ਼ਟ ਪ੍ਰਸ਼ਸਤੀ ਪੰਜਾਬੀ ਕਲਾਕਾਰ ਨੂੰ ਮਿਲੇ ਲਲਿਤ ਕਲਾ ਅਕਾਦਮੀ ਪੰਜਾਬੀ ਕਲਾਕਾਰ ਨੂੰ ਮਿਲੇ ਪਦਮ ਵਿਭੇਸ਼ਣ ਪਦਮ ਪਦਮ ਸ੍ਰੀ ਅਵਾਰਡ ਮੈਂ ਚਾਹਨਾ ਇਹ ਕਿ ਇਸ ਲਈ ਮੈਂ ਲੜਦਾ ਇਹ ਨਹੀਂ ਲੱਗਦਾ ਵੀ ਨੌਜਵਾਨ ਜਿਹੜੇ ਇਹਨਾਂ ਚੀਜ਼ਾਂ ਤੋਂ ਹਟ ਗਏ ਨੇ ਤੇ ਜਿਹੜਾ ਅਸਲ ਦੇ ਵਿੱਚ ਸੱਭਿਆਚਾਰ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹਰੀ ਸਿੰਘ ਨਲੂਏ ਦੀ ਗੱਲ ਜੌਧਿਆਂ ਦੀਆਂ ਵਾਰਾਂ ਦੀ ਗੱਲ ਕੇਵਲ ਤੇ ਕੇਵਲ ਇਤਿਹਾਸ ਦੇ ਵਿੱਚ ਪੜਨ ਤੇ ਸੁਣਨ ਨੂੰ ਮਿਲਦੀਆਂ ਨੇ ਬਿਲਕੁਲ ਇਹ ਜੀ ਗਾਣੇ ਸਿਰਫ ਉਤਸਤ ਕਰਦੇ ਗਲਤ ਗਾਣੇ ਜੇਕਰ ਅਜੀ ਗਾਣੇ ਦੇ ਵਿੱਚ ਕਲਾ ਕਰਦੇ ਹਰੇ ਗਾਣੇ ਦੇ ਵਿੱਚ ਇਤਿਹਾਸ ਦੀ ਪਹਿਲੂ ਦਿਖਾਇਆ ਜਾਵੇ ਪੰਜਾਬੀਅਤ ਦੀ ਸੱਚੀ ਪੇਸ਼ਕਾਰੀ ਕੀਤਾ ਜਾਵੇ ਸਿੱਖ ਸਮੁਦਾਇ ਦੀ ਸੱਚੇ ਪੇਸ਼ਕਾਰੀ ਕੀਤਾ ਜਾਵੇ ਪੂਰਾ ਦੁਨੀਆ ਹੈਰਾਨ ਹੋ ਜਾਣਾ ਮੈਂ ਕਹਿਣ ਦਾ ਪਾਵੈ ਚਾਰ ਸਾਹਿਬਜ਼ਾ ਦੇ ਬਾਰੇ ਤੁਸੀਂ ਗਾ ਕੇ ਦਿਖਾਓ ਦੁਨੀਆ ਨੂੰ ਸੁਣਾਓ ਕਿਵੇਂ ਨਿੱਕੇ ਨਿੱਕੇ ਉਮਰ ਦੇ ਵਿੱਚ ਆਪਣੇ ਆਪ ਨੂੰ ਤਿਆਗ ਕਰਕੇ ਬਲਿਦਾਨ ਕਰਕੇ ਇੱਕ ਇੱਕ ਸੰਦੇਸ਼ ਦੁਨੀਆਂ ਨੂੰ ਦੇ ਦਿੱਤਾ ਕਿ ਅਸੀਂ ਮਰ ਜਾਵਾਂਗੇ ਸ਼ਹੀਦ ਹੋ ਜਾਵਾਂਗੇ ਲੇਕਿਨ ਦੁਜੇ ਦੇ ਜ਼ੁਲਮ ਨੂੰ ਨਹੀਂ ਸਹਾਂਗੇ ਇਹੋ ਜਿਹਾ ਸੰਦੇਸ਼ ਦੇਕਰ ਤੁਸੀਂ ਹਰੇਕ ਗਾਣੇ ਦੇ ਵਿੱਚ ਜੇ ਹੋਵੇ ਪੰਜਾਬੀਅਤ ਦੀ ਵਿਰਾਸਤ ਹਰ ਪਾਸੇ ਪ੍ਰਚਾਰ ਹੋਏਗੀ ਇਹ ਛੱਡ ਕੇ ਤੁਸੀਂ ਫੁਕਰੀ ਪੰਤੀ ਦੀ ਗਾਣਾ ਗਾਓਗੇ ਇਹ ਇਹ ਨਹੀਂ ਸਹਿ ਸਕਦੇ ਮਾਨੇ ਕੋਟ ਕੰਮ ਕਰੇਗੀ ਇੱਕ ਦਿਨ ਪੰਜਾਬੀ ਲੋਕ जागਣਗੇ ਵਿਰੋਧ ਕਰਨਗੇ ਮੈਨੂੰ ਆਸ ਤੇ ਉਮੀਦ ਹੈ ਜਦ ਤੱਕ ਪੰਜਾਬੀ ਲੋਕ ਨਹੀਂ ਜਾਗਣਗੇ ਇਹ ਬੋੜ ਮੇਰਾ ਸਰਤੇ ਰਹੇਗੀ ਤੁਸੀਂ ਅੱਗੇ ਵੀ ਬਹੁਤ ਸਾਰੇ ਗਾਇਕਾਂ ਤੇ ਗੀਤਕਾਰਾਂ ਦੇ ਬਰ ਖਿਲਾਫ ਜਿਹੜੀ ਆ ਆਪਣੀ ਜੰਗ ਲੜਦੇ ਆਏ ਹੋ ਕਿੱਥੇ ਤੱਕ ਕਾਮਯਾਬੀ ਮਿਲੀ ਹੈ ਤੁਹਾਨੂੰ ਹੁਣ ਤੱਕ ਦੀ ਜੇ ਆਪਾਂ ਗੱਲ ਕਰੀਏ ਜੀ ਜੀ ਕਾਮਯਾਬ ਦੇਖੋ ਸ੍ਰੀ ਗੁਰੂ ਸ੍ਰੀ ਭਗਵਤ ਗੀਤਾ ਤੁਸੀਂ ਜੇ ਪੜੋਗੇ ਉਹਦੇ ਵਿੱਚ ਲਿਖਿਆ ਕਿ ਕੰਮ ਕਰਨਾ ਤੋਨੂੰ ਫਲ ਦੀ ਆਖ ਆਖਸ਼ਾਂਸ਼ ਨਹੀਂ ਰੱਖਣਾ ਹੈਗਾ ਕਿੰਨੀ ਸਫਲਤਾ ਮਿਲੀ ਮੈਂ ਗਿਣਦਾ ਹੀ ਨਹੀਂ ਬਾਬਾ ਨਾਨਕ ਤੇ ਰਾਤ ਚੱਨਲ ਵਾਣੇ ਆਏ ਸੀ ਅਸੀਂ ਸਿਰਫ ਤੁਰਨਾ ਹੈਗਾ ਤੁਰਨਾ ਹੈਗਾ ਮੇਰਾ ਬਾਬਾ ਨਾਨਕ ਚਾਰ ਉਦਾਸੀ ਕਰਕੇ ਚਾਰੋਂ ਪਾਸੇ ਘੁੰਮ ਕੇ ਇੱਕ ਸੰਦੇਸ਼ ਪ੍ਰਚਾਰ ਕਰਦੇ ਹੋਏ ਇਸ ਸੰਦੇਸ਼ ਦਿੱਤ ਨੇ ਸਾਟਾਕ ਜ਼ਿੰਦਗੀ ਵੀ ਦਈ ਹੋਣਾ ਚਾਹੀਦਾ ਸਾਨੂੰ ਕੰਮ ਕਰਨ ਦੀ ਲੋੜ ਹੈ ਕਿੰਨੀ ਸਫਲਤਾ ਮਿਲੀ ਗਿਣਨਾ ਉਹ ਇਤਿਹਾਸ ਤੇ ਛੱਡ ਦਿਓ ਫਿਰ ਵੀ ਮੈਂ ਤੋਨੂੰ ਦੱਸ ਦੇਵਾਂ ਬਹੁਤ ਸਾਰੇ ਗਾਕਾਰ ਇਹ ਜੇ ਗਾਣਾ ਗਾਉਣਾ ਛੱਡ ਦਿੱਤੇ ਨੇ ਕੁਝ ਗਲਾਕਾਰ ਜਿੱਦ ਕਰਕੇ ਗਾਣਾ गा ਕੇ ਗਲਤ ਗਾਣਾ गा ਕੇ ਜੇਲੂ ਗਿਆ ਸੀ ਸ੍ਰੀ ਬਰਾੜਾ ਜੇਲ੍ਹ ਗਿਆ ਹੁਣ ਉਹ ਜੇਲ੍ਹ ਗਿਆ ਹੋ ਕੇ ਆਏ ਨੇ ਕੁਝ ਸਿੱਧੂ ਮੂਸੇਵਾਲਾ ਦੇ ਖਿਲਾਫ 4 4 ਐਫਆਈਆਰ ਦਰਜ ਨੇ ਬਹੁਤ ਸਾਰੇ ਗਾਇਕਾਂ ਦੇ ਖਿਲਾਫ ਕੰਪਲੇਂਟ ਦਰਜ ਨੇ ਕੁਝ ਗਾਇਕਾਂ ਦੇ ਖਿਲਾਫ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਆ ਸ੍ਰੀ ਬਰਾੜ ਜੇਲ੍ਹ ਹੋ ਕੇ ਆਏ ਨੇ ਉਹ ਉਸ ਉਸ ਲਾਈਨ ਦੇ ਵਿੱਚ ਬਹੁਤ ਸਾਰੇ ਜੇਲ੍ਹ ਜਾਣ ਵਾਲੇ ਨੇ ਕਹਿਣ ਦਾ ਪਾਵ ਹੈ ਸਰ ਜੇਕਰ ਤੁਸੀਂ ਇਸ ਪਵਿੱਤਰ ਪੰਜਾਬੀ ਪਾਸੇ ਦੀ ਬੇਇੱਜ਼ਤੀ ਕਰੋਗੇ ਜੇਲ੍ਹ ਜਾਓਗੇ ਪੱਕੀ ਗੱਲ ਹੈ ਮੱਕਣ ਜਿਹੜਾ ਹੈਗਾ ਉਹ ਬੜਾ ਗਲਤ ਕੀਤਾ ਜਾ ਰਿਹਾ ਹੈ ਗਾਣਿਆਂ ਦੇ ਉੱਪਰ ਅੱਧ ਨੰਗੇ ਕੱਪੜੇ ਪੱਛਮੀ ਸੱਭਿਆਤਾ ਚਾਰ ਦੇ ਨਾਲ ਜਿਹੜੀਆਂ ਸਾਡੀਆਂ ਧੀਆਂ ਪਹਿਨਾਂ ਨੇ ਉਗਰਸੀਆਂ ਗਈਆਂ ਨੇ ਉਹਨਾਂ ਚੀਜ਼ਾਂ ਦੇ ਵਿੱਚ ਗਾਣਿਆਂ ਦੇ ਵਿੱਚ ਵੀ ਇਹ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ ਵੀ ਹਾਂ ਕਿੱਦਾਂ ਦੇ ਲਵਾਸਾਂ ਦੀ ਜਿਹੜੀ ਗੱਲ ਆ ਜਾਂਦੀ ਹੈ ਬਹੁਤ ਸਾਰੇ ਇਹ ਪੰਜਾਬ ਨੂੰ ਗੰਧਲਾ ਕੀਤਾ ਜਾ ਰਿਹਾ ਹੈ ਨਾਲ ਦੀ ਨਾਲ ਇਹਦੇ ਵਿੱਚ ਜੋ ਸਾਡਾ ਅਸਲ ਵਿਰਸਾ ਸੀ ਤਿਆਂ ਭੈਣਾਂ ਦਾ ਸਤਿਕਾਰ ਕਰਨਾ ਜਿਹੜੀ ਪਿੰਡ ਦੀ ਲੜਕੀ ਹੈਗੀ ਆ ਉਹ ਸਾਡੀ ਭੈਣ ਦੇ ਬਰਾਬਰ ਹੋਵੇ ਹਨਾ ਇਦਾਂ ਦੀਆਂ ਚੀਜ਼ਾਂ ਅੱਜ ਗਾਣਿਆਂ ਦੇ ਵਿੱਚ ਪਿੰਡ ਦੀ ਲੜਕੀ ਦੇ ਉੱਪਰ ਆਖਰ ਰੱਖਣ ਦੀਆਂ ਗੱਲਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਰਾ ਕੁਝ ਪਰੋਸਿਆ ਜਾ ਰਿਹਾ ਹੈ ਬਿਲਕੁਲ ਸੋ ਪ੍ਰਸਿੱਧ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਅਜੇ ਇੱਕ ਸੈਂਸਰ ਬੋਰਡ ਬਣਨ ਦੀ ਲੋੜ ਹੈ ਜਾਂ ਕਾਨੂੰਨ ਬਣਨ ਦੀ ਲੋੜ ਹੈ ਜੇਕਰ ਤੁਸੀਂ ਜਦ ਤੱਕ ਕਾਨੂੰਨ ਜਾਂ ਸੈਂਸਰ ਬੋਰਡ ਨਾ ਹੋਵੇ ਤੁਸੀਂ ਕਾਬੂ ਨਹੀਂ ਕਰ ਸਕਦੇ ਇਸ ਲਈ ਮੇਰੇ ਕੋਰਟ ਦੇ ਵਿੱਚ ਜਿਹੜੇ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਹੈ ਉਹਦੇ ਵਿੱਚ ਕੰਟੈਂਪਟ ਹੁਣ ਚੱਲ ਰਿਹਾ ਜੀ ਉਹਦੇ ਵਿੱਚ ਮੈਂ ਮੰਗ ਕੀਤੀ ਹੈ ਕਿ ਅਜੇ ਇੱਕ ਕਾਨੂੰਨ ਜਾਂ ਸੰਸਰਪੁਰ ਬਣਾਇਆ ਜਾਵੇ ਤਾਂ ਕਿ ਭਵਿੱਖ ਵਿੱਚ ਅਜੇ ਚੀਜ਼ ਰੋਕ ਨਾ ਤ ਪਾ ਸਕੀ ਮੈਨੂੰ ਪੂਰਾ ਆਸਥਾ ਉਮੀਦ ਹੈ ਪੰਜਾਬ ਸਰਕਾਰ ਜਰੂਰ ਇਸਤੇ ਕੰਮ ਕਰੇਗੀ ਦੇਖੋ ਪੰਜਾਬੀ ਵਿਰਸਤ ਬਹੁਤ ਅਮੀਰ ਹੈ ਤੁਸੀਂ ਕਿਹਾ ਇਸ ਦੀ ਸੱਚੀ ਪੇਸ਼ਕਾਰੀ ਹੋਣ ਦੀ ਲੋੜ ਹੈ ਜਰੂਰ ਪੇਸ਼ਕਾਰੀ ਹੋਵੇਗੀ ਜੀ ਜਿਵੇਂ ਤੁਸੀਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਨੇ ਲੜਕੇ ਲੜਕੀਆਂ ਅੱਜ ਪੰਜਾਬ ਨੂੰ ਛੱਡ ਕੇ ਬਾਹਰਲਾ ਕਲਚਰ ਪਸੰਦ ਕਰਦੇ ਨੇ ਫੋਰਨ ਜਾਣਾ ਪਸੰਦ ਕਰਦੇ ਨੇ ਇੰਨੇ ਦਿਨੀ ਵੀ ਮਸਲਾ ਬਣਿਆ ਹੋਇਆ ਹੈਗਾ ਬਹੁਤ ਸਾਰੀਆਂ ਲੜਕੀਆਂ ਨੇ ਉਧਰ ਜਾ ਕੇ ਧੋਖਾ ਦਿੱਤਾ ਅੱਜ ਸੈਂਕੜੇ ਹੀ ਨੌਜਵਾਨ ਜਿਹੜੇ ਸਾਹਮਣੇ ਆ ਗਏ ਨੇ ਕਿਵੇਂ ਲੱਗਦਾ ਇਸ ਚੀਜ਼ ਬਾਰੇ ਬਿਲਕੁਲ ਗਲਤ ਇਹ ਇਹ ਜਿਹੜੀ ਚੀਜ਼ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਵਿਦੇਸ਼ ਵਿੱਚ ਜਾ ਕੇ ਕੁਝ ਕਲਾਕਾਰ ਉੱਥੇ ਵਸ ਗਏ ਨੇ ਉਹਨਾਂ ਦਾ ਕੰਮ ਸੀਗਾ ਇਹ ਉਨਾ ਦਾ ਕੰਮ ਜੀਗਾ ਕਿ ਤੁਸੀਂ ਚੰਗੇ ਗਾਣਾ ਗਾ ਕੇ ਇਹੋ ਜਿਹੇ ਮੁੱਦੇ ਨੂੰ ਉਜਾਗਰ ਕਰੋ ਸਮਝਾਓ ਲੋਕਾਂ ਨੂੰ ਗਾ ਕੇ ਕਿ ਤੁਸੀਂ ਇਹ ਵਿਦੇਸ਼ ਜਾਣ ਦੇ ਚੱਕਰ ਵਿੱਚ ਆਪਣੇ ਬੱਚੇ ਨੂੰ ਪੇਜ ਕੇ ਜ਼ਿੰਦਗੀ ਬਰਬਾਦ ਨਾ ਕਰੋ ਕੁਝ ਦਿਨ ਤੋਂ ਪਹਿਲਾਂ ਮੌਤ ਵੀ ਹੋਇਆ ਸੁਸਾਇਡ ਵੀ ਕੀਤੇ ਨੇ ਮੁੰਡੇ ਕਹਿੰਦਾ ਪਾਵੇ ਅਜੀ ਮੁੱਦੇ ਨੂੰ ਗਾਣੇ ਦੇ ਇੱਕ ਮੁੱਦਾ ਬਣਾਉਣਾ ਚਾਹੀਦਾ ਗਾ ਕੇ ਉਜਾਗਰ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਸਮਾਜਿਕ ਪਦਰਤੇ ਇੱਕ ਅੰਦੋਲਨ ਹੋਣ ਦੀ ਲੋੜ ਹੈ ਚੇਤਾ ਇੱਕ ਚੇਤਨਾ ਪੈਦਾ ਕਰਨ ਦੀ ਲੋੜ ਹੈ ਪਰ ਦੁੱਖ ਦੀ ਗੱਲ ਇਹ ਹੈ ਸਰ ਚੇਤਨਾ ਪੈਦਾ ਕਰਨ ਵਾਲੇ ਗਾਇਕ ਹੀ ਗਲਤ ਗਾਣੇ ਤੇ ਚੱਲ ਰਹੇ ਨੇ ਗਲਤ ਗਾਣਾ ਗਾ ਰਹੇ ਨੇ माया ਦਾ ਜਾਲ ਵਿੱਚ ਫਸ ਕੇ ਇੱਕ ਉਦਾਹਰਣ ਤੋਂ ਦੇ ਦੇਣਾ ਇੱਕ ਉਦਾਹਰਣ ਤੋਂ ਦੇ ਦੇਣਾ ਦੇ ਦੇਣਾ ਮੈਂ ਹਰਜੀਤ ਹਰਮਨ ਤੁਸੀਂ ਜਾਣਦੇ ਹੋ ਹਰਜੀਤ ਹਰਮਨ ਚੰਗੇ ਗਾਣਾ ਗਾਉਣ ਵਾਲੇ ਇੱਕ ਕਮਾਲ ਦਾ ਆਰਟਿਸਟ ਜੋ ਪ੍ਰਗਟ ਸਿੰਘ ਦੀ ਸ਼ਿष्य ਬਣ ਕੇ ਚੰਗੇ ਗਾਣਾ ਪੇਸ਼ ਕਰੀ ਕਿਤੇ ਨੇ ਪਰ ਉਹ ਉਹ ਸੋਚਿਆ ਹੁਣ ਸ਼ਰਾਬ ਦੀ ਗਾਣਾ ਕੱਢਣ ਵਾਲੇ ਨੇ ਕਰਨ ਔਜਨ ਨਾਲ ਮਿਲ ਕੇ ਮੈਂ ਉਹਨਾਂ ਨੂੰ ਖਤ ਵੀ ਲਿਖਿਆ ਕਿ ਇਹ ਪਾਪ ਨਾ ਕਰੋ ਇਹ ਮਹਾ ਮਹਾ ਪਾਪ ਹੈ ਮੈਨੂੰ ਪੂਰਾ ਆਸਤੂ ਮਿਲ ਹੈ ਇਹੋ ਜਿਹਾ ਕਲਾਕਾਰ ਸੁਧਰਨਗੇ ਤੇ ਪੰਜਾਬੀਅਤ ਦੀ ਸੱਚੀ ਉਤਸ਼ਾਹਤ ਕਰਨਗੇ ਪੰਜਾਬੀਅਤ ਦੀ ਸੇਵਾ ਕਰਦੇ ਹੋ ਤੁਸੀਂ ਪਹਿਲੇ ਦਿਨ ਤੋਂ ਚੁਰਸਤਿਆਂ ਚ ਖੜ ਖੜ ਕੇ ਪੰਜਾਬੀ ਦੀ ਗੱਲ ਕਰਦੇ ਹੋ ਤੇ ਜੇ ਆਪਾਂ ਗੱਲ ਕਰੀਏ ਵੀ ਲੋਕ ਇਹ ਵੀ ਕਹਿੰਦੇ ਨੇ ਵੀ ਕਰਨਾਟਕਾ ਤੋਂ ਨੇ ਇੱਥੇ ਆ ਕੇ ਪੰਜਾਬੀ ਦੀ ਗੱਲ ਕਿਉਂ ਕਰਦੇ ਨੇ ਤੁਸੀਂ ਜੇ ਅਸੀਂ ਵੀ ਤੁਹਾਨੂੰ ਪੁੱਛੀਏ ਵੀ ਪੰਜਾਬੀ ਦੀ ਗੱਲ ਤੁਸੀਂ ਕਿਉਂ ਕਰਦੇ ਹੋ ਕਿਉਂ ਨਹੀਂ ਕਰੀਏ ਮਹਾਰਾਜ ਦੱਸੋ ਉਹਨਾਂ ਨੂੰ ਪੁੱਛ ਮੈਂ ਬਹੁਤੀ ਨਿਮਰਤਾ ਨਾਲ ਦੱਸਣਾ ਚਾਹਾਂਗਾ ਮੈਂ ਇਹ ਪੁੱਛਣਾ ਚਾਹਾਂਗਾ ਉਹਨਾਂ ਨੂੰ ਪੁੱਛਣ ਵਾਲੇ ਨੂੰ ਮੈਂ ਹੀ ਪੁੱਛਣਾ ਚਾਹਾਂਗਾ ਕਿ ਮੈਂ ਫਿਲਹਾਲ ਕਿੱਥੇ ਵਸਦਾ ਹੈ ਮੈਂ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਿੱਚ ਵਸਦਾ ਹੈ ਅੱਜਕੱਲ ਜੋ ਪੰਜਾਬ ਦੇ ਬਾਈ ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ ਸੀ ਜੇਕਰ ਮੈਂ ਪੰਜਾਬ ਦੇ ਰਾਜਧਾਨੀ ਵਿੱਚ ਵਸ ਕੇ ਪੰਜਾਬ ਦੀ ਰੋਟੀ ਰੋਜ਼ ਖਾਦਾ ਏ ਤੇ ਪੰਜਾਬ ਦੀ ਰਾਜ ਪਾਣੀ ਰੋਜ਼ ਪੀਂਦਾ ਏ ਤੇ ਪੰਜਾਬੀ ਤੇ ਉਸਤ ਕਰਨਾ ਮੇਰਾ ਧਰਮ ਹੈ ਜਿੱਥੇ ਦੀ ਰੋਟੀ ਅਸੀਂ ਖਾਦੀ ਉੱਥੇ ਦੀ ਉਸਤ ਕਰੋ ਇਹੀ ਇਨਸਾਨੀਅਤ ਹੈ ਤੂੰ ਪੁੱਛਣ ਵਾਲੇ ਨੂੰ ਮੇਰਾ ਯਹੀ ਯਹੀ ਬਹੁਤ ਹੀ ਨਿਮਰਤਾ ਨਾਲ ਜਵਾਬ ਹੋ ਸਕਦੀ ਹੈ ਕਿ ਜਿੱਥੇ ਦੀ ਰੋਟੀ ਅਸੀਂ ਖਾਦੇ ਉੱਥੇ ਦੀ ਸਤਿਕਾਰ ਸਨਮਾਨ ਕਰਨ ਦੀ ਲੋੜ ਹੈ ਮੇਰਾ ਪਿਤਾ ਜੀ ਸਕੂਲ ਟੀਚਰ ਸਨ ਉਹ ਮੈਨੂੰ ਉਦਾਹਰਣ ਤੌਰ ਤੇ ਕਿਹਾ ਕਿ ਤੂੰ ਜ਼ਿੰਦਗੀ ਵਿੱਚ ਜਿੱਥੇ ਮਰਜ਼ੀ ਵਾ ਜਾ ਉੱਥੇ ਦੀ ਉੱਥੇ ਦੀ ਲੋਕਾਂ ਦੀ ਸਨਮਾਨ ਕਰੋ ਇੱਕ ਉਦਾਹਰਣ ਵੀ ਦਿੰਦੇ ਸਨ ਮੇਰਾ ਪਿਤਾ ਜੀ ਟੀਚਰ ਜੀ ਸਨ ਉਹ ਕਹਿੰਦੇ ਸਨ ਜੇਕਰ ਇੱਕ ਕੁੱਤਾ ਇੱਕ ਰੋਟੀ ਵੀ ਖਾਦਾ ਹੈ ਪੂਰਾ ਰਾਤ ਭਰ ਉਹ घर की रक्षा करके मुड़के के कर है कुत्ता जेकर कुत्ते इन्नी ईमानदारी हो सकती है असा इंसान है सर रोज़ रोज रो पंजाब की रोटी खादे खादे हैं रो प पानी पी पानी पंजाब की वो रक्षा पंजाबी विरासत की सभ्याचार ये मई करता है इसलिए यही सच्चाई है ये है जी हाँ जी ਹੁਣ ਕਿਸਾਨੀ ਅੰਦੋਲਨ ਚੱਲ ਰਿਹਾ ਤੁਸੀਂ ਪੰਜਾਬੀਅਤ ਦੀ ਗੱਲ ਕੀਤੀ ਹੈ ਪੰਜਾਬ ਦੀ ਗੱਲ ਕੀਤੀ ਹੈ ਹੈਨਾ ਵੀ ਮੈਂ ਇੱਥੇ ਦੀ ਰੋਟੀ ਖਾਣਾ ਮੈਂ ਇੱਥੇ ਰਹਿਣਾ ਕਿਸਾਨੀ ਅੰਦੋਲਨ ਬਾਰੇ ਵੀ ਗੱਲਬਾਤ ਕੀਤੀ ਹੈ ਤੁਸੀਂ ਬਿਲਕੁਲ ਕਿਸਾਨ ਬਾਰੇ ਮੈਂ ਪਹਿਲੇ ਹੀ ਬੋਰਡ ਬਣਾ ਕੇ ਚੰਡੀਗੜ੍ਹ ਦੇ ਵਿੱਚ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਬੇਨਤੀ ਕੀਤੀ ਕਿ ਕਿਸਾਨ ਨਾਲ ਖੜਨਾ ਜ਼ਰੂਰੀ ਹੈ ਉਹ ਕਿਸਾਨ ਦੀ ਸਨਮਾਨ ਕਰਨ ਦੀ ਲੋੜ ਹੈ ਮੈਂ ਕਿਹਾ ਮੈਂ ਪਰ ਮੈਂ ਸਰਕਾਰੀ ਨੌਕਰ ਹੋਣ ਕਾਰਨ ਉਸ ਤੋਂ ਵੱਧ ਨਹੀਂ ਕਰ ਸਕਦਾ ਹੈ ਬਾਰਡਰ ਤੇ ਨਹੀਂ ਜਾ ਸਕਦਾ ਹੈ ਉਹ ਨਾਲ ਲਈ ਵੀ ਮੁਸ਼ਕਿਲ ਹੋਏਗੀ आ, किसान ਲਈ ਵੀ ਮੇਰੇ ਲਈ ਵੀ ਇਸ ਲਈ ਇੱਕ ਇੱਕ ਹੱਦ ਵਿੱਚ ਰਹਿ ਕੇ ਸੀਮਾ ਵਿੱਚ ਰਕੇ ਮੈਨੂੰ ਕੰਮ ਕਰਨ ਦੀ ਲੋੜ ਹੁੰਦੀ ਹੈ ਇਸ ਲਈ ਕਾਨੂੰਨੀ ਪਧਰ ਤੇ ਮੈਂ ਕੰਮ ਕਰਦਾ ਪਰ ਮੇਰਾ ਦਿਲ ਮੇਰਾ ਹਮੇਸ਼ਾ ਕਿਸਾਨ ਨਾਲ ਹੈ ਤੇ ਹਮੇਸ਼ਾ ਰਹੂਗਾ ਲੰਮਾ ਸਮਾਂ ਹੋ ਗਿਆ ਕਿਸਾਨਾਂ ਨੂੰ ਬੈਠਿਆਂ ਨੂੰ ਬਾਰਡਰਾਂ ਦੇ ਉੱਪਰ ਆਪਣੇ ਹੱਕ ਮੰਗਣ ਦੇ ਲਈ ਤੇ ਲੱਗਦਾ ਹੈ ਤੁਹਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਿੱਲ ਮਾਫ ਹੋਣਗੇ ਜਾਂ ਕਿਸਾਨ ਨੇ ਨਿੰਘਾਰ ਦੇ ਵੱਲ ਤੇ ਨਹੀਂ ਜਾਣਗੇ ਵੀ ਹਾਂ ਜਿਹੜਾ ਡਾਊਨਵਾਲ ਦੇ ਵਿੱਚ ਤੇ ਨਹੀਂ ਜਾਏਗਾ ਸੰਘਰਸ਼ ਨਹੀਂ ਨਹੀਂ ਡਾਊਨਵਾਲ ਤੇ ਕਦੇ ਵੀ ਨਹੀਂ ਕਿਉਂਕਿ ਜਿਸ ਮਕਸਦ ਨਾਲ ਉੱਥੇ ਬੈਠੇ ਨੇ ਹਰ ਇੱਕ ਕਿਸਾਨ ਦੇ ਜਾਇੰਟ ਵਿੱਚ ਇੱਕੋ ਇੱਕ ਮਕਸਦ ਹੈ ਕਿ ਇਹ ਬਿਲ ਖਤਮ ਹੋਵੇ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਤੁਸੀਂ ਦੇਖੋਗੇ ਨਰਿੰਦਰ ਮੋਦੀ ਜੀ ਅੰਡਰਪਰਲ ਪ੍ਰਾਈਮ ਮਿਨਿਸਟਰ ਜ਼ਰੂਰ ਇਸਤੇ ਪਾਰੀ ਸੋਚਣਗੇ ਉਹ ਜ਼ਰੂਰ ਇਸਤੇ ਕਾਰਵਾਈ ਕਰਨਗੇ ਇੱਕ ਦਿਨ ਆਏਗਾ ਜ਼ਰੂਰ ਕਿਸਾਨ ਲੋਕ ਖੁਸ਼ ਹੋ ਕੇ ਕਾ ਆਪਣੇ ਕਰ ਮੁਰਕਿਆ ਆਉ ਜਾਣਗੇ ਉਹਨਾਂ ਦਾ ਜਿੱਤ ਜ਼ਰੂਰ ਹੋਗੀ ਤੁਸੀ ਲਿਖੀ ਤੇ ਰੁਪਏ ਲੈ ਸਕਦੇ ਹੋ ਜਿਵੇਂ ਤੁਸੀਂ ਆਪਾਂ ਗੱਲ ਕਰਦੇ ਆਂ ਵੀ ਲੜਕੀ ਨੇ ਐਲਸ ਕੀਤੀ ਬਾਹਰ ਚਲੇਗੀ ਵੈਂਟ ਲੈ ਪਰਿਵਾਰ ਵਾਲਿਆਂ ਨੇ ਪੈਸੇ ਖਰਚਿਆ ਇੰਨੀ ਦਿਨੀ ਲਾਪਰੀਵਰ ਦਾ ਮਸਲਾ ਸਾਹਮਣੇ ਹੈ ਡੈਥ ਹੋ ਗਈ ਉਹਦੀ ਇਹ ਨਾ ਇਸ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਹੁਣ ਸੈਂਕੜੇ ਕੇਸ ਹੋਰ ਨਿਕਲ ਕੇ ਸਾਹਮਣੇ ਆਏ ਨੇ ਅਸੀਂ ਜਦੋਂ ਵਕੀਲਾਂ ਨਾਲ ਗੱਲਬਾਤ ਕਰਦੇ ਆਂ ਤਾਂ ਵਕੀਲਾਂ ਕਹਿੰਦੇ ਨੇ ਵਕੀਲਾਂ ਦਾ ਇਹ ਕਹਿਣਾ ਹੈਗਾ ਵੀ 1 ਮਹੀਨੇ ਦੇ ਵਿੱਚ 5 ਕੇਸ ਘਟੋ ਘਟ ਸਾਡੇ ਸਾਹਮਣੇ ਇਦਾਂ ਦੇ ਆ ਜਾਂਦੇ ਨੇ ਪਰ ਜਿਹੜਾ ਹੁਣ ਇਹ ਸਾਰਾ ਕੁਝ ਨਿਕਲ ਕੇ ਸਾਹਮਣੇ ਆਇਆ ਹੈਗਾ ਲੱਗਦਾ ਵੀ ਤੁਹਾਨੂੰ ਇਸ ਚੀਜ਼ ਦਾ ਕੋਈ ਹੱਲ ਆਉਣ ਵਾਲੇ ਸਮੇਂ 'ਚ ਨਿਕਲ ਪਾਵੇਗਾ जरूर, जरूर जरूर क्योंकि पंजाब नौजवान लोग समझन गए तो अलावा केंद्र सरकार इसते कार्रवाई करेगी मैनू लगता है पंजाब सरकार केंद्र सरकार को मंग करके अजि चीज़ ले एक नीति बनाया जाए कि कोई भी उत्थे जाके योजा कम ना करिए कर, कर, कर जी एक नीति बनाया जाए महिला महिला आयोग भी इसते कार्रवाई कर सकती है म, मैं पिछले दिन भी प, पढ़ रहेगा वो मनीषा गुलाटी ने किया है कि बाहर जाके धोखा देने वाले के दे खिलाफ भी महिला आयोग काम करेगी महिला आयोग मतलब ये नहीं कि सिर्फ महिला भलाई कम करता है महिला जे गलत है उन्होंने खिलाफ भी कम कर सकती है मह महिला आयोग की चेयरपर्सन मनीषा गुलाटी ने कहा मैनू लगता है लोग जागण गए यहोजा घटना ना हो वो जरूर कार्रवाई कर ਤੁਸੀਂ ਗਾਇਕਾਂ ਦੇ ਬਰ ਖਿਲਾਫ ਹੁਣ ਉੱਠੇ ਹੋ ਹਨਾ ਲੱਚਰ ਗਾਇਕੀ ਦੇ ਬਰ ਖਿਲਾਫ ਤੁਸੀਂ ਆਏ ਹੋ ਜਾਂ ਜਿਹੜਾ ਹੈਗਾ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਿਆਂ ਦੇ ਬਰ ਖਿਲਾਫ ਤੁਸੀਂ ਖੁੱਲੇ ਤੌਰ ਦੇ ਉੱਪਰ ਨਿਤਰਦੇ ਹੋ ਅੱਗੇ ਵੀ ਲੰਮੇ ਸਮੇਂ ਤੋਂ ਤੁਹਾਡਾ ਇਹ ਬਹੁਤ ਲੰਮਾ ਜਿਹੜਾ ਸੰਘਰਸ਼ ਹੈਗਾ ਜੇ ਆਪਾਂ ਗੱਲ ਕਰੀਏ ਅੱਜ ਦੇ ਸਮੇਂ ਦੀ ਤੁਸੀਂ ਸਿੱਧੂ ਮੂਸੇ ਦਾ ਗਾਣਿਆਂ ਦੀ ਗੱਲ ਕੀਤੀ ਹੈ ਤੇ ਨਾਲ ਜਿਹੜੀ ਹੈਗੀ ਹੈ ਆ ਮਾਡਲ ਜਿਹੜੀ ਹੈਗੀ ਆ ਉਹਨੂੰ ਵੀ ਆੜੇ ਹੱਥੀ ਨਾਲ ਲਿਆ ਹੈ ਹਨਾ ਹੁਣ ਇਸ ਟਾਈਮ ਜਿਹੜਾ ਇਹ ਤੁਹਾਡਾ ਹੈਗਾ ਵੀ ਕਿੱਥੇ ਖੜੀ ਹੈ ਇਹ ਗੱਲ ਵੀ ਜਿਹੜੀ ਤੁਸੀਂ ਨਾ ਦੋਹਾਂ ਦੇ ਬਰ ਖਿਲਾਫ ਨਿਤਰਿਓ ਜੀ ਬਿਲਕੁਲ ਮੈਨੇ ਵਿਕਰਮਜੀਤ ਸਿੰਘ ਦੁੱਗਲ ਆਈਪੀਐਸ ਪਟਿਆਲਾ ਰੈਂਚ ਡੀਆਈਜੀ ਨੂੰ ਕੰਪਲੇਂਟ ਦਿੱਤੀ ਹੈ ਉਹਨਾਂ ਨੂੰ ਮੈਂ ਮੰਗ ਜਵਾਬ ਮੰਗਿਆ ਹੈ ਜਵਾਬ ਜ਼ਰੂਰ ਦੇਣਗੇ ਮੈਨੂੰ ਪੂਰਾ ਆਸਤੇ ਉਮੀਦ ਹੈ ਉਹ ਕਮਾਲ ਦਾ ਅਧਿਕਾਰੀ ਨੇ ਸ੍ਰੀ ਬਰਨੂ ਨੂੰ ਜੇਲ੍ਹ ਭੇਜਣ ਵਾਲੇ ਅਧਿਕਾਰੀ ਵਿਕਰਮਜੀਤ ਸਿੰਘ ਦੁੱਗਲ ਸਾਹਿਬ ਸਨ ਮੈਨੂੰ ਪੂਰਾ ਆਸਤੇ ਉਮੀਦ ਹੈ ਉਹ ਜ਼ਰੂਰ ਜਵਾਬ ਦੇਣਗੇ ਜੇ ਨਹੀਂ ਦੇਣਗੇ ਚਾ ਮੈਂ ਸੈਟੀਸਫਾਈ ਨਾ ਹੋਊਂਗਾ ਉਹਨਾਂ ਦਾ ਜਵਾਬ ਤੋਂ ਇੱਕ ਅਪਲੀਕੇਸ਼ਨ ਮੇਰਾ ਕੰਟੈਂਪਟ ਆਫ ਕੋਰਟ ਦੇ ਵਿੱਚ ਅਗਲੇ ਸੁਣਵਾਈ ਦੇ ਵਿੱਚ ਮੈਂ ਦਾਇਰ ਕਰਾਂਗਾ ਹੋਮ ਸੈਕਟਰੀ ਉਹਦੇ ਵਿੱਚ ਪਾਰਟੀ ਨੇ ਡੀਆਈਜੀ ਪੰਜਾਬ ਦੇ ਪਾਰਟੀ ਨੇ ਉਹਨਾਂ ਨੂੰ ਜਵਾਬ ਦੇਣਾ ਪਊਗਾ ਗ੍ਰਹਿ ਵਿਭਾਗ ਦੇ ਵਿੱਚ ਹੀ ਬੈਠ ਕੇ ਇੱਕ ਜ਼ਿੰਮੇਦਾਰੀ ਸਬ ਇੰਸਪੈਕਟਰ ਵਾ ਭੜਕਾਓ ਗਾਨੇ ਦੇ ਵਿੱਚ ਜੇਕਰ ਪੇਸ਼ਕਾਰੀ ਅਧਾਕਾਰੀ ਪੇਸ਼ ਕਰਦੀ ਹੈ ਕਿਤੇ ਹੈ ਸਾਡਾ ਗ੍ਰਹਿ ਵਿਭਾਗ ਜਦ ਕਿ ਗ੍ਰਹਿ ਵਿਭਾਗ ਦੇ ਗ੍ਰਹਿ ਸਕੱਤਰ ਹੀ ਕੋਰਟ ਦੇ ਵਿੱਚ ਕੰਟੈਂਪਟ ਦੇ ਵਿੱਚ ਪਾਰਟੀ ਨੇ ਉਹਨਾਂ ਨੂੰ ਜਵਾਬ ਦੇਣਾ ਪਾਉਗਾ ਕਾਰਵਾਈ ਕਰਨੀ ਮੈਨੂੰ ਪੂਰਾ ਆਸ ਤੇ ਉਮੀਦ ਹੈ ਮੈਨੂੰ ਤਾਂ ਕੀ ਚਾਹੀਦਾ ਮੈਨੂੰ ਕੁਝ ਨਹੀਂ ਉਸ ਮਹਿਲਾ ਅਧਿਕਾਰੀ ਤੋਂ ਮੈਨੂੰ ਜਵਾਬ ਚਾਹੀਦਾ ਆਉਣ ਮਲੇ ਸਮੇਂ ਦੇ ਵਿੱਚ ਕੋਈ ਅਜਾ ਗਾਣੇ ਤੇ ਉਹ ਅਧਿਕਾਰੀ ਪੇਸ਼ ਨਹੀਂ ਕਰਨਗੇ ਤੁਸੀਂ ਰੱਜ ਕੇ ਅਧਿਕਾਰੀ ਪੇਸ਼ ਕਰੋ ਮੇਰਾ ਕੋਈ ਦਿੱਕਤ ਨਹੀਂ ਹੈ ਪੰਜਾਬ ਪੰਜਾਬੀ ਉਤਸਤ ਕਰਨ ਦੇ ਹਾਂ ਪੰਜਾਬੀ ਇਤਿਹਾਸ ਨੂੰ ਉਤਸਤ ਕਰਨ ਵਾਲੇ ਫਿਲਮ ਗਾਣੇ ਦੇ ਵਿੱਚ ਤੁਸੀਂ ਰੱਜ ਕੇ ਅਦਾਕਾਰੀ ਪੇਸ਼ ਕਰੋ ਮੇਰਾ ਕੋਈ ਦਿੱਕਤ ਨਹੀਂ ਆਏਗਾ ਪਰ ਤੁਸੀਂ ਭੜਕਾਓ ਗਾਣੇ ਦੇ ਵਿੱਚ ਲਚਰਤਾ ਪਰ ਉਹ ਟਾਈਟਲ ਤੇ ਗਾਣੇ ਤੇ ਤੁਸੀਂ ਅਦਾਕਾਰੀ ਪੇਸ਼ ਕਰੋਗੇ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਮੈਂ ਮੰਗ ਕਰਾਂਗਾ ਇੰਜ ਨਹੀਂ ਲੱਗਦਾ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਨ ਉਹ ਬੇਟੀਆਂ ਦਾ ਕਿੰਨਾ ਸਤਕਾਰ ਕਰਦੇ ਸੀ ਪਰ ਜਿਹੜਾ ਅੱਜ ਕਲਚਰ ਜਿਹੜਾ ਬਣ ਕੇ ਰਹਿ ਗਿਆ ਅੱਜ ਇਹ ਜਿਹੜਾ ਪੱਛਮੀ ਰੰਗਤ ਦੇ ਵਿੱਚ ਰੰਗਿਆ ਹੋਇਆ ਸੱਭਿਆਚਾਰ ਜਿਹੜਾ ਸਾਨੂੰ ਸਾਹਮਣੇ ਪਰੋਸਿਆ ਜਾ ਰਿਹਾ ਇੰਜ ਨਹੀਂ ਲੱਗਦਾ ਜਿਵੇਂ ਇਹ ਲਬਜ਼ ਵਰਤਾਂ ਵੀ ਬਿਲਕੁਲ ਹੀ ਵਿੜਾ ਕਰਕੇ ਗਿਆ ਸੋਹ ਪ੍ਰਸਿੱਧ ਸੋਹ ਪ੍ਰਸਿੱਧ ਇਹ 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 ਕਾਰਨ ਤਾਂ ਇੱਕੋ ਇੱਕ ਹੈ ਪੰਜਾਬ ਦੇ ਵਿੱਚ ਇਹ ਇੰਨਾ ਲੋਕਾਂ ਤੇ ਕਾਬੂ ਕਰਨ ਲਈ ਨਤ ਪਾਉਣ ਲਈ ਕੋਈ ਏਜੰਸੀ ਕੋਈ ਕਮੇਟੀ ਕੋਈ ਕਾਨੂੰਨ ਜਾਂ ਸੈਂਸਰ ਬਣਾ ਹੋਣਾ ਮੈਂ ਵਹੀ ਬੁਨਿਆਦੀ ਤੌਰ ਤੇ ਵਹੀ ਮੰਗਿਆ ਹੈ ਮੇਰੇ ਕੋਰਟ ਦੇ ਕੇਸ ਦੇ ਦੌਰਾਨ ਪੰਜਾਬ ਸਭਿਆਚਾਰ ਵਿਭਾਗ ਵੀ ਪਾਰਟੀਸ਼ਨ ਉਹਨਾਂ ਨੇ ਸਭਿਆਚਾਰ ਨੀਤੀ ਵੀ ਬਣਾ ਕੇ ਕੋਰਟ ਦੇ ਵਿੱਚ ਪੇਸ਼ ਕੀਤੇ ਨੇ ਪਰ ਹੱਲੇ ਹੱਲੇ ਤੱਕ ਉਸ ਦੀ ਪੰਜਾਬੀ ਚਾਨਵਾਦ ਨਹੀਂ ਹੋਇਆ ਉਹਦੇ ਵਿੱਚ ਵੀ ਮੈਂ ਕੋਰਟ ਦੇ ਵਿੱਚ ਅਪਲੀਕੇਸ਼ਨ ਪਾਵਾਂਗਾ ਤੁਸੀਂ ਸਿਰਫ ਅ ਅਪਚਾਰਿਕ ਤੌਰ ਤੇ ਘੋਸ਼ਣਾ ਕਰਕੇ ਪੰਜਾਬ ਸੱਭਿਆਚਾਰ ਨੀਤੀ ਤੇ ਕਾਰਵਾਈ ਨਹੀਂ ਹੋ ਰਹਾ ਇਸ ਲਈ ਜਦ ਤੱਕ ਤੁਹਾਡੇ ਕੋਲ ਸੱਭਿਆਚਾਰਕ ਨੀਤੀ ਨਹੀਂ ਹੈ ਤੁਹਾਡੇ ਕੋਲ ਕੋਈ ਕਾਨੂੰਨ ਨਹੀਂ ਹੈ ਜੋੜੀ ਕੋਲ ਕੋਈ ਸੈਂਸਰ ਬੋਰਡ ਨਹੀਂ ਹੈ ਇਹੋ ਜਿਹਾ ਗਾਣਾਤਾ ਹੈ ਮਨਮਰਜੀ ਉਹ ਗਾਉਣਗੇ ਕਿ ਪਾਇਓ ਕਰਨਾਉ ਚਲਾ ਹੋਵੇ ਸੁੱਧੂ ਮੋਸਾ ਲੋਵੇ ਮਨਕੀਰਤਔਲਖ ਹੋਵੇ ਸ਼ਰੀਮਾਨ ਹੋਵੇ ਇਹ ਲੋਕ ਮਨਮਰਜੀ ਗਾਉਣਗੇ ਇਹਨਾਂ ਨੂੰ ਕਾਬੂ ਕਰਨ ਲਈ ਇੱਕੋ ਇੱਕ ਹਥਿਆਰ ਹੈ ਉਹ ਹੈ ਇੱਕ ਮਾਪਦੰਡ ਹੈ ਕਿ ਇੱਕ ਇੱਕ ਕਾਨੂੰਨ ਬਣਾਇਆ ਜਾਵੇ ਜਾਂ ਇੱਕ ਸੈਂਸਰ ਬੋਰਡ ਬਣਾਇਆ ਜਾਵੇ ਜਾਂ ਕੋਈ ਐਸਆਈਟੀ ਬਣਾਇਆ ਜਾਵੇ ਪਰਮਨੈਂਟ ਐਸਆਈਟੀ ਇਹਨਾਂ ਤੇ ਨਜ਼ਰ ਰੱਖਿਆ ਜਾਵੇ ਜੋ ਬਾਹਰ ਬੈਠ ਕੇ ਗਾਰੇ ਨੇ ਜਿਵੇਂ ਏਲੀ ਮੰਗਟ ਹੋਵੇ ਏਲੀ ਮੰਗਟ ਤਾਜ਼ਕਲ ਨਹੀਂ ਗਾ ਰਹੇ ਨੇ ਪਰ ਕਰਨਹੁਣ ਉਸਲਾ ਬਹੁਤ ਖਤਰਨਾਕ ਹੋ ਸਕਦਾ ਹੈ ਕਿਉਂਕਿ barbar de vyakti itihas ke galat gana gaake utsahit karne kehnda paave aane wale samay de zarur iste karwayi hogi ਜਿਵੇਂ ਤੁਸੀਂ ਬਾਹਰਲੇ ਗਾਇਕਾਂ ਦੀ ਗੱਲ ਕੀਤੀ ਹੈ ਆਪਾਂ ਪੱਛਮੀ ਸੱਭਿਆਤਾ ਦੀ ਵੀ ਗੱਲ ਕੀਤੀ ਹੈ ਹੈਨਾ ਤੇ ਜੇ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ ਤੇ ਸੱਭਿਆਚਾਰ ਨੂੰ ਵਿਗਾੜਨ ਦੇ ਵਿੱਚ ਨਸ਼ਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਜਿੱਥੇ ਨੌਜਵਾਨ ਨਸ਼ੇ ਕਰਦੇ ਨੇ ਉੱਥੇ ਨਸ਼ਿਆਂ ਦਾ ਵੀ ਫਿਲਮਾਂ ਕਣ ਜਿਹੜਾ ਹੈਗਾ ਉਹ ਬਿਲਕੁਲ ਸਾਹਮਣੇ ਆਉਂਦਾ ਹੈ ਟੀਵੀ ਸੀਰੀਅਲ ਚੱਲਦੇ ਨੇ ਉਹਦੇ ਉੱਪਰ ਸਿਕਟਾਂ ਪੀਂਦੇ ਆਮ ਦਿਖਾਏ ਜਾਂਦੇ ਨੇ ਸ਼ਰਾਬ ਦੇ ਪਿਆਲੇ ਖੜਕਦੇ ਆਮ ਦਿਖਾਏ ਜਾਂਦੇ ਨੇ ਬਿਲਕੁਲ ਇਹ ਗਾਣੇ ਗਾਣੇ ਦੇ ਵਿੱਚ ਫਿਲਮ ਦੇ ਵਿੱਚ ਜਾਂ ਸੀਰੀਅਲ ਦੇ ਵਿੱਚ ਕਰਦੇ ਨੇ ਪਰ ਇਫੈਕਟਿਵ ਜਿਆਦਾ ਗਾਣਾ ਹੁੰਦਾ ਹੈ ਕਿਉਂਕਿ ਗਾਣਾ ਸਿਰਫ 2 ਮਿੰਟ ਐ 3 ਮਿੰਟ ਦਾ ਗਾਣਾ ਹੁੰਦਾ ਹੈ ਉਸ ਗਾਣੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਵੀ ਕਰਨ ਉਹ ਜਿਹੜਾ ਕਹਿੰਦਾ ਕਿ ਤੜਕੇ ਉਟਕੇ ਅਫੀਮ ਖਾਣ ਵਾਲਾ ਇਹ ਪ੍ਰਵਾਇਤੋ ਹੈ ਇਹ ਸ਼ਬਦ ਕਿੰਨੀ ਹਿੰਮਤ ਹੈ ਉਹਨਾਂ ਦਾ ਦੱਸੋ ਬਾਹਰ ਦੇ ਮੁੰਡਾ ਭਾਰਤ ਦੇ ਨਹੀਂ ਹੋ ਉਹਨਾਂ ਦਾ ਸਿਟੀਜ਼ਨਸ਼ਿਪ ਕੈਨੇਡਾ ਦੀ ਹੈ ਇੱਥੇ ਆ ਕੇ ਗਾਉਂਦਾ ਹੈ ਤੜਕੇ ਉੱਠ ਕੇ ਫੀਮ ਖਾਣ ਵਾਲਾ ਉਹ ਬਹੁਤ ਖਤਰਨਾਕ ਇਹ ਸ਼ਬਦਾਵਲੀ ਸਾਡੇ ਬੱਚੇ ਨੂੰ ਉਤਸ਼ਾਹਿਤ ਕਰਦਾ ਹੈ ਉਹ ਕਰਨ ਲਈ ਕਿਉਂਕਿ ਉਹਨਾਂ ਦਾ ਫਾਲੋਅਰਸ ਨੇ ਇੱਥੇ ਅਣਜਾਣ ਵਿੱਚ ਉਹ ਫਾਲੋ ਕਰਦੇ ਹੈ ਬੱਚੇ ਸਾਡੇ ਨੌਜਵਾਨ ਬੱਚੇ ਜੋ ਕੋਰਟ ਕਹਿ ਰਿਹਾ ਹੈ ਸਾਡੇ ਬੱਚੇ ਤੇ ਅਸਰ ਹੋ ਰਿਹਾ ਜੀ ਗੈਂਗਸਟਰ ਕਲਚਰ ਪੈਦਾ ਹੋ ਰਹੀ ਹੈ ਨਸ਼ਾ ਦੀ ਕਲਚਰ ਪੈਦਾ ਹੋ ਰਹੀ ਹੈ ਇਸ ਲਈ ਰੋਕਣ ਦੀ ਲੋੜ ਹੈ ਮੈਨੂੰ ਲੱਗਦਾ ਹੈ ਸਾਡੇ ਸਭਿਆਚਾਰ ਨੂੰ ਖਤਮ ਕਰਨ ਵਾਲਾ ਅਜੀ ਹੈ ਇਫੈਕਟਿਵ ਇਹ ਵਰਡਿੰਗ ਜਾਂ ਗਾਣੇ ਤੇ ਮੈਂ ਪਿੱਛੇ ਪਿਆ ਹੈ ਹਰੇ ਗਾਣੇ ਦੇ ਵਿੱਚ ਇਹ ਜਿਹੜਾ ਲਬਜ਼ ਮੈਂ ਲੱਭ ਕੇ ਉੱਥੇ ਮੈਂ ਟਾਰਗੇਟ ਕਰਦਾ ਹਾਂ ਉਹਨਾਂ ਨੂੰ ਪੁੱਛਦਾ ਹਾਂ ਇਸ ਦਾ ਮਰਤ ਅਰਥ ਦੱਸੋ ਮੈਨੂੰ ਜਿਵੇਂ ਸਬ ਇਨਸਪੈਕਟਰ ਗਾਂਦੇ ਟਾਈਟਲ ਆਨ ਫਕ ਵਿਦ ਬਲੂਸ ਦਾ ਮੀਨਿੰਗ ਦੱਸੋ ਮੈਨੂੰ ਕਰਨ ਹੌਸਲਾ ਨੂੰ ਵੀ ਪੁੱਛਣ ਦੀ ਲੋੜ ਹੈ ਦੱਸੋ ਮੈਨੂੰ ਪੰਜਾਬ ਦੇ ਲੋਕ ਤੜਕੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਇਥੇ ਇਸ ਪਵਿੱਤਰ ਧਰਤੀ ਤੇ ਤੁਸੀਂ ਕੌਣ ਹੁੰਦੇ ਹੋ ਕਿ ਤੜਕੇ ਉੱਠ ਕੇ ਫਿਮ ਕਾਨਣ ਵਾਲੇ ਤੁਸੀਂ ਕੌਣ ਹੁੰਦੇ ਹੋ ਸਾਡੇ ਸੱਭਿਆਚਾਰ ਨੂੰ ਖਤਮ ਕਰਨ ਵਾਲੇ ਗੁਰੂ ਮਹਾਰਾਜ ਕਹਿੰਦੇ ਕਿ ਤੜਕੇ ਉੱਠ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਦੀ ਪਾਈਨ ਕਰੋ ਉਹ ਹਰੇ ਮੰਤਰ ਸਾਹਿਬ ਦੇ ਵਿੱਚ ਤੜਕੇ ਉੱਠ ਕੇ ਅਰਦਾਸ ਕੌਣ ਸਾ ਪਾਠ ਹੁੰਦਾ ਹੈ ਸਵੇਰੇ ਉੱਠ ਕੇ ਆਸ਼ਾ ਦੀ ਵਾਰ ਹੁੰਦਾ ਹੈ ਕਮਾਲ ਦਾ ਆਸ਼ਾ ਦੀ ਵਾਰ ਇਹ ਹੁੰਦਾ ਹੈ ਤੜਕੇ ਦੀ ਕੰਮ ਇਹ ਅਫੀਮ ਦਾ ਕੰਮ ਕਰਨਾ ਇਹਨਾਂ ਨੂੰ ਮੈਂ ਨਹੀਂ ਛੱਡਣਾ ਇਹ ਕਰਨ ਹੌਸਲਾ ਨੂੰ ਛੱਡਣ ਦੀ ਲੋ ਛੱਡਣ ਦੀ ਬਹੁਤ ਬੜਾ ਗਲਤੀ ਹੋਏਗੀ ਇਹ ਇਹਨਾਂ ਦੇ ਇਹ ਪੰਜਾਬੀ ਲੋਕ ਨੂੰ ਸਮਝ ਨਹੀਂ ਦਿ ਲੋ ਰਿਹਾ ਇਹ ਪੰਜਾਬੀ ਵਿਰਾਸਤ ਨੂੰ ਸਤਿਆਨਾਸ਼ ਕਰਨ ਵਾਲਾ ਵਿਅਕਤੀ ਹੈ ਇਹੋ ਜਿਹੇ ਵਿਅਕਤੀ ਨੂੰ ਅੱਗੇ ਨਿਵਧਨ ਦੇਣਾ ਰੋਕਣ ਦੀ ਲੋੜ ਹੈ ਵਰਨਾ ਸਾਢੇ ਸਤਕਾ ਸਾਢੇ ਸਭਿਆਚਾਰ ਖਤਮ ਕਰਨਗੇ ਅਕੀਦ ਵਿੱਚ ਨੌ ਜਮਾਨਾਂ ਨੂੰ ਮੁੰਡੇ ਨੇ ਉਹ ਕੁੜੀਆਂ ਨੂੰ ਕੀ ਅਪੀਲ ਕਰੋ ਮੈਂ ਤਾਂ ਇਹ ਕੋਈ ਇੱਕ ਬਿੰਤੀ ਹੈ ਇਹ ਕੋਈ ਇੱਕ ਬਿੰਤੀ ਹੈ ਸਾਡੀ ਮਾਂ ਬੋਲੀ ਸਾਡੀ ਪੰਜਾਬ ਸਾਡੀ ਵਿਰਾਸਤ ਨੂੰ ਬਚਾਓ ਬਚਾਓ ਤੇ ਤੁਹਾਡੇ ਹੱਥ ਵੀ ਚਾਏਗਾ ਜੇਕਰ ਤੁਸੀਂ ਨੌਜਵਾਨ ਲੋਕ ਸਮਝ ਸਮਝੋਗੇ ਕਿ ਟੋਟੀ ਮਾਂ ਬੋਲੀ ਹੈ ਟੋਟੀ ਸੱਭਿਆਚਾਰ ਹੈ ਇਸ ਨੂੰ ਦਾਗ ਨਾ ਲਗਾਓ ਇਹ 6ਵੀਂ ਕਲਾਸ ਦੇ ਵਿੱਚ ਇੱਕ ਕਵਿਤਾ ਹੈ ਇਹ ਪੰਜਾਬ ਦੀ ਮਿੱਟੀ ਹੈ ਗੋਰੀ ਚਿੱਟੀ ਇਸ ਨੂੰ ਇਸ ਮੈਲੀ ਨਾ ਕਰੋ ਇਹ ਪੰਜਾਬ ਦੀ ਮਿੱਟੀ ਹੈ ਇਹ ਮਿੱਟੀ ਸ਼ੁੱਧ ਹੈ ਪਰ ਸ਼ੁੱਧ ਹੈ ਇਹ ਮਿੱਟੀ ਗੁਰੂ ਪੀਰਾਂ ਦੀ ਪਵਿੱਤਰ ਧਰਤੀ ਹੈ ਇਸ ਨੂੰ ਮੈਲਾ ਨਾ ਕਰੋ ਇਹ ਸਮਝਣ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਜੀ ਪੰਡਿਤ ਰਾਓ ਜੀ ਨੇ तमाम ਮੁੱਦਿਆਂ ਤੇ ਗੱਲਬਾਤ ਕੀਤੀ ਹੈ ਇਹਨਾਂ ਦਾ ਕਹਿਣਾ ਹੈ ਵੀ ਜਦ ਇਦਾਂ ਦੇ ਗਾਣੇ ਫਿਲਮਾਏ ਜਾਂਦੇ ਨੇ ਤੇ ਗਾਏ ਜਾਂਦੇ ਨੇ ਤੇ ਸਾਡੇ ਜਿਹੜੇ ਨੌਜਵਾਨ ਨੇ ਉਹ ਗਲਤ ਦਿਸ਼ਾ ਵਾਲੇ ਪਾਸੇ ਨੂੰ ਜਾਂਦੇ ਨੇ ਚਾਹੇ ਅੱਜ ਇੱਥੇ ਆ ਕੇ ਕਹਾਣੀ ਖੜ ਗਈ ਹੈ ਕਿ ਲੱਚਰ ਗਾਇਕੀ ਦੇ ਨਾਲ ਨਾਲ ਜਿੱਥੇ ਹਥਿਆਰਾਂ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ ਗੈਂਗਸਟਰ ਵਾਲੇ ਪਾਸੇ ਨੂੰ ਨੌਜਵਾਨ ਤੁਰਨਾ ਪਸੰਦ ਕਰਦੇ ਨੇ ਜਦੋਂ ਇਦਾਂ ਦੇ ਗਾਣੇ ਦੇਖਦੇ ਨੇ ਅਤੇ ਸੁਣਦੇ ਨੇ ਇੱਕ ਜ਼ਹਾਦ ਬੱਡਿਆ ਹੈ ਇਹਨਾਂ ਨੇ ਇੱਕ ਸੰਘਰਸ਼ ਤੋੜਿਆ ਹੈ ਇਹਨਾਂ ਨੇ ਜਿਨ੍ਹਾਂ ਦਾ ਕਹਿਣਾ ਹੈ ਵੀ ਜਿੱਥੇ ਪੰਜਾਬੀਅਤ ਲਈ ਕੰਮ ਕਰਾਂਗਾ ਪੰਜਾਬ ਲਈ ਕੰਮ ਕਰਾਂਗਾ ਉੱਥੇ ਨਾਲ ਦੀ ਨਾਲ ਹੈਗਾ ਲਚਿਰ ਗਾਇਕੀ ਤੇ ਵੀ ਕੰਮ ਕਰਾਂਗਾ ਅਤੇ ਇਹ ਜਿਹੜਾ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਗਾਣਿਆਂ ਦੇ ਉੱਪਰ ਇਹਨੂੰ ਰੋਕਣ ਲਈ ਵੀ ਪ੍ਰਮੋਟ ਕਰਾਂਗਾ ਜਦੋਂ ਅਸੀਂ ਪੁੱਛਦੇ ਹਾਂ ਵੀ ਇਸ ਚੀਜ਼ ਦਾ ਤੁਹਾਨੂੰ ਫਾਇਦਾ ਵੀ ਲੱਗਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਚੀਜ਼ਾਂ ਦੇ ਨਾਲ ਤੁਹਾਨੂੰ ਕਿੰਨੇ ਕ ਪਰਸੈਂਟ ਜਿਹੜਾ ਤੁਹਾਨੂੰ ਲੱਗਦਾ ਹੈ ਵੀ ਇਸ ਚੀਜ਼ ਦੇ ਨਾਲ ਕਿੰਨੇ ਕ ਪਰਸੈਂਟ ਤੁਹਾਨੂੰ ਲਾਭ ਮਿਲਿਆ ਤਾਂ ਇਹਨਾਂ ਦਾ ਕਹਿਣਾ ਹੈ ਬਾਬੇ ਨਾਨਕ ਦੀ ਤਰ੍ਹਾਂ ਲੱਗੇ ਹੋਏ ਹਾਂ ਜਿਵੇਂ ਗੀਤਾ ਦੀ ਇਹਨਾਂ ਨੇ ਉਦਾਹਰਨ ਦਿੱਤੀ ਹੈ ਬਿਫਲ ਦੀ ਕੋਈ ਆਸ ਨਹੀਂ ਬਸ ਲੱਗੇ ਹੋਏ ਹਾਂ ਤੁਸੀਂ ਦੇਖ ਰਹੇ ਹੋ ਸਰਖਾਬ ਟੀਵੀ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ